ਮੈਂ ਜਗਿੰਦਰ ਸਿੰਘ ਰਾਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਏਕਤਾ ਦੇ ਰਾਹਾਂ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਖੇਤੀਬਾੜੀ ਮੰਤਰੀ ਨਾਲ ਉਹ ਜਿੱਥੋਂ ਤੁਰਨੀ ਸੀ ਐਮ ਐਸ ਪੀ ਅਤੇ ਕਾਨੂੰਨ ਵਾਪਸੀ ਦੀ ਗੱਲ ਕਰਨੀ ਸੀ ਅੱਜ ਪਰ ਸਰਕਾਰ ਜਦੋਂ ਤੋਂ ਗੱਲਬਾਤ ਚੱਲੀ ਹੈ ਸਾਡੀ ਅੱਜ ਸੱਤਵਾਂ ਰਾਉਂਡ ਹੈ ਉੱਥੇ ਹੀ ਖੜੀ ਹੈ ਜਿੱਥੋਂ ਗੱਲ ਤੁਰਨੀ ਸੀ ਚਰਚਾ ਕਰ ਲਓ ਜੀ ਕਾਨੂੰਨਾਂ 'ਚ ਕੀ ਖਰਾਬੀ ਹੈ ਉਹ ਵਾਪਸ ਕਰ ਦਿੰਦੇ ਹਾਂ ਜਿਹੜਾ ਉਹਦੇ 'ਚ ਖਰਾਬ ਹੈ ਉਹ ਕੱਢ ਦਿੰਦੇ ਹਾਂ ਕਾਨੂੰਨ ਬਹੁਤ ਅੱਛੇ ਨੇ ਦੇਸ਼ ਦੇ ਲੋਕ ਕਾਨੂੰਨਾਂ ਨੂੰ ਬਹੁਤ ਅੱਛਾ ਮੰਨਦੇ ਨੇ ਅਸੀਂ ਪਤਾ ਨਹੀਂ ਬੰਗਲਾਦੇਸ਼ ਦੇ ਹਾਂ ਪਤਾ ਨਹੀਂ ਅਸੀਂ ਪਾਕਿਸਤਾਨ ਦੇ ਹਾਂ ਸਾਨੂੰ ਕਿਸਾਨ ਨਹੀਂ ਸਮਝ ਰਹੇ ਕਮਾਲ ਹੈ ਖੇਤੀਬਾੜੀ ਮੰਤਰੀ ਦਾ ਇਹ ਬੋਲਣਾ ਕਿ ਦੇਸ਼ ਦੇ ਕਿਸਾਨ ਤਾਂ ਇਹਨੂੰ ਬਹੁਤ ਅੱਛਾ ਚਾਹੁੰਦੇ ਨੇ ਪਰ ਜਿਹੜੇ ਸੜਕਾਂ 'ਤੇ ਬੈਠੇ ਨੇ ਉਹ ਕੌਣ ਨੇ ਜਾਨੀ ਖੇਤੀਬਾੜੀ ਮੰਤਰੀ ਉੱਥੇ ਖੜ੍ਹੇ ਆ ਉਹਨਾਂ ਨੂੰ ਜਿੰਨਾ ਕੁ ਕਹਿ ਕੇ ਭੇਜਿਆ ਜਾਂਦਾ ਹੈ ਉਹ ਉੰਨੀ ਕੁ ਗੱਲ ਹੀ ਕਰਦੇ ਆ ਅਤੇ ਉਹਦੇ ਵਿੱਚ ਉਹਨਾਂ ਦੀ ਮੇਰੇ ਖਿਆਲ 'ਚ ਉਹਨਾਂ ਦੇ ਅਖਤਿਆਰ ਖੇਤਰ ਦੇ ਵਿੱਚ ਇਹ ਗੱਲ ਹੈ ਨਹੀਂ ਕਿਉਂਕਿ ਮੋਦੀ ਸਾਹਿਬ ਕੋਲ ਪੂਰੀਆਂ ਤਾਕਤ ਪਾਵਰਾਂ ਨੇ ਉਹ ਫੈਸਲਾ ਕਰਨ ਦੀ ਪਾਵਰ ਖੇਤੀਬਾੜੀ ਮੰਤਰੀ ਸਾਹਿਬ ਨੂੰ ਦਿੱਤੀ ਨਹੀਂ ਹੋਣੀ ਸ਼ਾਇਦ ਉਹਨਾਂ ਨੇ ਇਸੇ ਕਰਕੇ ਉਹ ਫੈਸਲਾ ਕਰਨ ਵਾਲੀ ਹਾਲਤ 'ਚ ਹੋਣ ਇਹ ਨਹੀਂ ਇਸ ਕਰਕੇ ਇਹਨਾਂ ਹਾਲਤਾਂ ਦੇ ਵਿੱਚ ਮੀਟਿੰਗ ਕਰਨੀ ਸਰਕਾਰ ਦਾ ਜੇ ਤੌਰ ਤਰੀਕਾ ਜਿਹੜਾ ਇਸ ਤਰ੍ਹਾਂ ਦਾ ਲਟਕਾਉਣ ਵਾਲਾ ਜਿਹੜਾ ਜਿਹੜੀ ਗੱਲ ਨੂੰ ਕਿਸੇ ਕਿਨਾਰੇ ਲਾਉਣ ਵਾਲਾ ਨਹੀਂ ਬਣਦਾ ਇਹ ਗੈਰ ਜ਼ਿੰਮੇਵਾਰ ਕਾਰਵਾਈ ਹੈ ਇਸ ਕਰਕੇ ਸਰਕਾਰ ਸੋਚ ਕੇ ਜਥੇਬੰਦੀਆਂ ਉੱਥੇ ਹੀ ਖੜੀਆਂ ਨੇ ਕਿ ਕਾਨੂੰਨ ਸਾਰੇ ਰੱਦ ਕਰੋ ਐਮ ਐਸ ਪੀ ਦਾ ਕਾਨੂੰਨ ਬਣਾਓ ਅਤੇ ਘਰਾਂ ਨੂੰ ਭੇਜੋ ਸਾਡੇ 70 ਦੇ ਲਗਭਗ ਕਿਸਾਨ ਸ਼ਹੀਦ ਹੋ ਚੁੱਕੇ ਨੇ ਮੋਰਚੇ ਦੇ ਵਿੱਚ ਠੰਡ 'ਚ ਬੱਚੇ ਬੁੱਢੀਆਂ ਸਾਰੇ ਠੰਡ 'ਚ ਮਰਦੇ ਨੇ ਮੈਂ ਜਗਿੰਦਰ ਸਿੰਘ ਰਾਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਏਕਤਾ ਦੇ ਰਾਹਾਂ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਖੇਤੀਬਾੜੀ ਮੰਤਰੀ ਨਾਲ ਉਹ ਜਿੱਥੋਂ ਤੁਰਨੀ ਸੀ ਐਮ ਐਸ ਪੀ ਅਤੇ ਕਾਨੂੰਨ ਵਾਪਸੀ ਦੀ ਗੱਲ ਕਰਨੀ ਸੀ ਅੱਜ ਪਰ ਸਰਕਾਰ ਜਦੋਂ ਤੋਂ ਗੱਲਬਾਤ ਚੱਲੀ ਹੈ ਸਾਡੀ ਅੱਜ ਸੱਤਵਾਂ ਰਾਉਂਡ ਹੈ ਉੱਥੇ ਹੀ ਖੜੀ ਹੈ ਜਿੱਥੋਂ ਗੱਲ ਤੁਰਨੀ ਸੀ ਚਰਚਾ ਕਰ ਲਓ ਜੀ ਕਾਨੂੰਨਾਂ 'ਚ ਕੀ ਖਰਾਬੀ ਹੈ ਉਹ ਵਾਪਸ ਕਰ ਦਿੰਦੇ ਹਾਂ ਜਿਹੜਾ ਉਹਦੇ 'ਚ ਖਰਾਬ ਹੈ ਉਹ ਕੱਢ ਦਿੰਦੇ ਹਾਂ ਕਾਨੂੰਨ ਬਹੁਤ ਅੱਛੇ ਨੇ ਦੇਸ਼ ਦੇ ਲੋਕ ਕਾਨੂੰਨਾਂ ਨੂੰ ਬਹੁਤ ਅੱਛਾ ਮੰਨਦੇ ਨੇ ਅਸੀਂ ਪਤਾ ਨਹੀਂ ਬੰਗਲਾਦੇਸ਼ ਦੇ ਹਾਂ ਪਤਾ ਨਹੀਂ ਅਸੀਂ ਪਾਕਿਸਤਾਨ ਦੇ ਹਾਂ ਸਾਨੂੰ ਕਿਸਾਨ ਨਹੀਂ ਸਮਝ ਰਹੇ ਕਮਾਲ ਹੈ ਖੇਤੀਬਾੜੀ ਮੰਤਰੀ ਦਾ ਇਹ ਬੋਲਣਾ ਕਿ ਦੇਸ਼ ਦੇ ਕਿਸਾਨ ਤਾਂ ਇਹਨੂੰ ਬਹੁਤ ਅੱਛਾ ਚਾਹੁੰਦੇ ਨੇ ਪਰ ਜਿਹੜੇ ਸੜਕਾਂ 'ਤੇ ਬੈਠੇ ਨੇ ਉਹ ਕੌਣ ਨੇ ਜਾਨੀ ਖੇਤੀਬਾੜੀ ਮੰਤਰੀ ਉੱਥੇ ਖੜ੍ਹੇ ਆ ਉਹਨਾਂ ਨੂੰ ਜਿੰਨਾ ਕੁ ਕਹਿ ਕੇ ਭੇਜਿਆ ਜਾਂਦਾ ਹੈ ਉਹ ਉੰਨੀ ਕੁ ਗੱਲ ਹੀ ਕਰਦੇ ਆ ਅਤੇ ਉਹਦੇ ਵਿੱਚ ਉਹਨਾਂ ਦੀ ਮੇਰੇ ਖਿਆਲ 'ਚ ਉਹਨਾਂ ਦੇ ਅਖਤਿਆਰ ਖੇਤਰ ਦੇ ਵਿੱਚ ਇਹ ਗੱਲ ਹੈ ਨਹੀਂ ਕਿਉਂਕਿ ਮੋਦੀ ਸਾਹਿਬ ਕੋਲ ਪੂਰੀਆਂ ਤਾਕਤ ਪਾਵਰਾਂ ਨੇ ਉਹ ਫੈਸਲਾ ਕਰਨ ਦੀ ਪਾਵਰ ਖੇਤੀਬਾੜੀ ਮੰਤਰੀ ਸਾਹਿਬ ਨੂੰ ਦਿੱਤੀ ਨਹੀਂ ਹੋਣੀ ਸ਼ਾਇਦ ਉਹਨਾਂ ਨੇ ਇਸੇ ਕਰਕੇ ਉਹ ਫੈਸਲਾ ਕਰਨ ਵਾਲੀ ਹਾਲਤ 'ਚ ਹੋਣ ਇਹ ਨਹੀਂ ਇਸ ਕਰਕੇ ਇਹਨਾਂ ਹਾਲਤਾਂ ਦੇ ਵਿੱਚ ਮੀਟਿੰਗ ਕਰਨੀ ਸਰਕਾਰ ਦਾ ਜੇ ਤੌਰ ਤਰੀਕਾ ਜਿਹੜਾ ਇਸ ਤਰ੍ਹਾਂ ਦਾ ਲਟਕਾਉਣ ਵਾਲਾ ਜਿਹੜਾ ਜਿਹੜੀ ਗੱਲ ਨੂੰ ਕਿਸੇ ਕਿਨਾਰੇ ਲਾਉਣ ਵਾਲਾ ਨਹੀਂ ਬਣਦਾ ਇਹ ਗੈਰ ਜ਼ਿੰਮੇਵਾਰ ਕਾਰਵਾਈ ਹੈ ਇਸ ਕਰਕੇ ਸਰਕਾਰ ਸੋਚ ਕੇ ਜਥੇਬੰਦੀਆਂ ਉੱਥੇ ਹੀ ਖੜੀਆਂ ਨੇ ਕਿ ਕਾਨੂੰਨ ਸਾਰੇ ਰੱਦ ਕਰੋ ਐਮ ਐਸ ਪੀ ਦਾ ਕਾਨੂੰਨ ਬਣਾਓ ਅਤੇ ਘਰਾਂ ਨੂੰ ਭੇਜੋ ਸਾਡੇ 70 ਦੇ ਲਗਭਗ ਕਿਸਾਨ ਸ਼ਹੀਦ ਹੋ ਚੁੱਕੇ ਨੇ ਮੋਰਚੇ ਦੇ ਵਿੱਚ ਠੰਡ 'ਚ ਬੱਚੇ ਬੁੱਢੀਆਂ ਸਾਰੇ ਠੰਡ 'ਚ ਮਰਦੇ ਨੇ ਮੈਂ ਜਗਿੰਦਰ ਸਿੰਘ ਰਾਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਏਕਤਾ ਦੇ ਰਾਹਾਂ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਖੇਤੀਬਾੜੀ ਮੰਤਰੀ ਨਾਲ ਉਹ ਜਿੱਥੋਂ ਤੁਰਨੀ ਸੀ ਐਮ ਐਸ ਪੀ ਅਤੇ ਕਾਨੂੰਨ ਵਾਪਸੀ ਦੀ ਗੱਲ ਕਰਨੀ ਸੀ ਅੱਜ ਪਰ ਸਰਕਾਰ ਜਦੋਂ ਤੋਂ ਗੱਲਬਾਤ ਚੱਲੀ ਹੈ ਸਾਡੀ ਅੱਜ ਸੱਤਵਾਂ ਰਾਉਂਡ ਹੈ ਉੱਥੇ ਹੀ ਖੜੀ ਹੈ ਜਿੱਥੋਂ ਗੱਲ ਤੁਰਨੀ ਸੀ ਚਰਚਾ ਕਰ ਲਓ ਜੀ ਕਾਨੂੰਨਾਂ 'ਚ ਕੀ ਖਰਾਬੀ ਹੈ ਉਹ ਵਾਪਸ ਕਰ ਦਿੰਦੇ ਹਾਂ ਜਿਹੜਾ ਉਹਦੇ 'ਚ ਖਰਾਬ ਹੈ ਉਹ ਕੱਢ ਦਿੰਦੇ ਹਾਂ ਕਾਨੂੰਨ ਬਹੁਤ ਅੱਛੇ ਨੇ ਦੇਸ਼ ਦੇ ਲੋਕ ਕਾਨੂੰਨਾਂ ਨੂੰ ਬਹੁਤ ਅੱਛਾ ਮੰਨਦੇ ਨੇ ਅਸੀਂ ਪਤਾ ਨਹੀਂ ਬੰਗਲਾਦੇਸ਼ ਦੇ ਹਾਂ ਪਤਾ ਨਹੀਂ ਅਸੀਂ ਪਾਕਿਸਤਾਨ ਦੇ ਹਾਂ ਸਾਨੂੰ ਕਿਸਾਨ ਨਹੀਂ ਸਮਝ ਰਹੇ ਕਮਾਲ ਹੈ ਖੇਤੀਬਾੜੀ ਮੰਤਰੀ ਦਾ ਇਹ ਬੋਲਣਾ ਕਿ ਦੇਸ਼ ਦੇ ਕਿਸਾਨ ਤਾਂ ਇਹਨੂੰ ਬਹੁਤ ਅੱਛਾ ਚਾਹੁੰਦੇ ਨੇ ਪਰ ਜਿਹੜੇ ਸੜਕਾਂ 'ਤੇ ਬੈਠੇ ਨੇ ਉਹ ਕੌਣ ਨੇ ਜਾਨੀ ਖੇਤੀਬਾੜੀ ਮੰਤਰੀ ਉੱਥੇ ਖੜ੍ਹੇ ਆ ਉਹਨਾਂ ਨੂੰ ਜਿੰਨਾ ਕੁ ਕਹਿ ਕੇ ਭੇਜਿਆ ਜਾਂਦਾ ਹੈ ਉਹ ਉੰਨੀ ਕੁ ਗੱਲ ਹੀ ਕਰਦੇ ਆ ਅਤੇ ਉਹਦੇ ਵਿੱਚ ਉਹਨਾਂ ਦੀ ਮੇਰੇ ਖਿਆਲ 'ਚ ਉਹਨਾਂ ਦੇ ਅਖਤਿਆਰ ਖੇਤਰ ਦੇ ਵਿੱਚ ਇਹ ਗੱਲ ਹੈ ਨਹੀਂ ਕਿਉਂਕਿ ਮੋਦੀ ਸਾਹਿਬ ਕੋਲ ਪੂਰੀਆਂ ਤਾਕਤ ਪਾਵਰਾਂ ਨੇ ਉਹ ਫੈਸਲਾ ਕਰਨ ਦੀ ਪਾਵਰ ਖੇਤੀਬਾੜੀ ਮੰਤਰੀ ਸਾਹਿਬ ਨੂੰ ਦਿੱਤੀ ਨਹੀਂ ਹੋਣੀ ਸ਼ਾਇਦ ਉਹਨਾਂ ਨੇ ਇਸੇ ਕਰਕੇ ਉਹ ਫੈਸਲਾ ਕਰਨ ਵਾਲੀ ਹਾਲਤ 'ਚ ਹੋਣ ਇਹ ਨਹੀਂ ਇਸ ਕਰਕੇ ਇਹਨਾਂ ਹਾਲਤਾਂ ਦੇ ਵਿੱਚ ਮੀਟਿੰਗ ਕਰਨੀ ਸਰਕਾਰ ਦਾ ਜੇ
ਤੌਰ ਤਰੀਕਾ ਜਿਹੜਾ ਇਸ ਤਰ੍ਹਾਂ ਦਾ ਲਟਕਾਉਣ ਵਾਲਾ ਜਿਹੜਾ ਜਿਹੜੀ ਗੱਲ ਨੂੰ ਕਿਸੇ ਕਿਨਾਰੇ ਲਾਉਣ ਵਾਲਾ ਨਹੀਂ ਬਣਦਾ ਇਹ ਗੈਰ ਜ਼ਿੰਮੇਵਾਰਨਾ ਜ਼ਿੰਮੇਵਾਰ ਕਾਰਵਾਈ ਹੈ ਇਸ ਕਰਕੇ ਸਰਕਾਰ ਸੋਚ ਕੇ ਜਥੇਬੰਦੀਆਂ ਉੱਥੇ ਖੜੀਆਂ ਨੇ ਕਿ ਕਾਨੂੰਨ ਸਾਰੇ ਰੱਦ ਕਰੋ ਐਮ ਐਸ ਪੀ ਦਾ ਕਾਨੂੰਨ ਬਣਾਓ ਅਤੇ ਘਰਾਂ ਨੂੰ ਭੇਜੋ ਸਾਡੇ 70 ਦੇ ਲਗਭਗ ਕਿਸਾਨ ਸ਼ਹੀਦ ਹੋ ਚੁੱਕੇ ਨੇ ਮੋਰਚੇ ਦੇ ਵਿੱਚ ਠੰਡ 'ਚ ਬੱਚੇ ਬੁੜੀਆਂ ਸਾਰੇ ਠੰਡ 'ਚ ਮਰਦੇ ਨੇ ਮੈਂ ਜੋਗਿੰਦਰ ਸਿੰਘ ਰਾਣਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਏਕਤਾ ਗ੍ਰਾਮ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਖੇਤੀਬਾੜੀ ਮੰਤਰੀ ਨਾਲ ਉਹ ਜਿੱਥੋਂ ਤੁਰਨੀ ਸੀ ਐਮ ਐਸ ਪੀ ਅਤੇ ਕਾਨੂੰਨ ਵਾਪਸੀ ਦੀ ਗੱਲ ਕਰਨੀ ਸੀ ਅੱਜ ਪਰ ਸਰਕਾਰ ਜਦੋਂ ਤੋਂ ਗੱਲਬਾਤ ਚੱਲੀ ਹੈ ਸਾਡੀ ਅੱਜ 7ਵਾਂ ਰਾਉਂਡ ਹੈ ਉੱਥੇ ਹੀ ਖੜੀ ਹੈ ਜਿੱਥੋਂ ਗੱਲ ਤੁਰੀ ਸੀ ਚਰਚਾ ਕਰ ਲਓ ਜੀ ਕਾਨੂੰਨਾਂ 'ਚ ਕੀ ਖਰਾਬੀ ਹੈ ਉਹ ਵਾਪਸ ਕਰ ਦਿੰਦੇ ਹਾਂ ਜਿਹੜਾ ਉਹਦੇ 'ਚ ਖਰਾਬ ਹੈ ਉਹ ਕੱਢ ਦਿੰਦੇ ਹਾਂ ਕਾਨੂੰਨ ਬਹੁਤ ਅੱਛੇ ਨੇ ਦੇਸ਼ ਦੇ ਲੋਕ ਕਾਨੂੰਨਾਂ ਨੂੰ ਬਹੁਤ ਅੱਛਾ ਮੰਨਦੇ ਨੇ ਅਸੀਂ ਪਤਾ ਨਹੀਂ ਬੰਗਲਾਦੇਸ਼ ਦੇ ਹਾਂ ਪਤਾ ਨਹੀਂ ਅਸੀਂ ਪਾਕਿਸਤਾਨ ਦੇ ਹਾਂ ਸਾਨੂੰ ਕਿਸਾਨ ਨਹੀਂ ਸਮਝ ਰਹੇ ਕਮਾਲ ਹੈ ਖੇਤੀਬਾੜੀ ਮੰਤਰੀ ਦਾ ਇਹ ਬੋਲਣਾ ਕਿ ਦੇਸ਼ ਦੇ ਕਿਸਾਨ ਤਾਂ ਇਹਨੂੰ ਬਹੁਤ ਅੱਛਾ ਚਾਹੁੰਦੇ ਨੇ ਪਰ ਜਿਹੜੇ ਸੜਕਾਂ 'ਤੇ ਬੈਠੇ ਨੇ ਉਹ ਕੌਣ ਨੇ ਜਾਨੀ ਖੇਤੀਬਾੜੀ ਮੰਤਰੀ ਉੱਥੇ ਹੀ ਖੜ੍ਹੇ ਆ ਉਹਨਾਂ ਨੂੰ ਜਿੰਨਾ ਕੁ ਕਹਿ ਕੇ ਭੇਜਿਆ ਜਾਂਦਾ ਉਹ ਉੱਨੀ ਕੁ ਗੱਲ ਹੀ ਕਰਦੇ ਆ ਅਤੇ ਉਹਦੇ ਵਿੱਚ ਉਹਨਾਂ ਦੇ ਮੇਰੇ ਖਿਆਲ 'ਚ ਉਹਨਾਂ ਦੇ ਇਖਤਿਆਰ ਖੇਤਰ ਦੇ ਵਿੱਚ ਇਹ ਗੱਲ ਹੈ ਨਹੀਂ ਕਿਉਂਕਿ ਮੋਦੀ ਸਾਹਿਬ ਕੋਲ ਪੂਰੀਆਂ ਤਾਕਤ ਪਾਵਰਾਂ ਨੇ ਉਹ ਫੈਸਲਾ ਕਰਨ ਦੀ ਪਾਵਰ ਖੇਤੀਬਾੜੀ ਮੰਤਰੀ ਸਾਹਿਬ ਨੂੰ ਦਿੱਤੀ ਨਹੀਂ ਹੋਣੀ ਸ਼ਾਇਦ ਉਹਨਾਂ ਨੇ ਇਸੇ ਕਰਕੇ ਉਹ ਫੈਸਲਾ ਕਰਨ ਵਾਲੀ ਹਾਲਤ 'ਚ ਹੋਣ ਇਹ ਨਹੀਂ ਇਸ ਕਰਕੇ ਇਹਨਾਂ ਹਾਲਤਾਂ ਦੇ ਵਿੱਚ ਮੀਟਿੰਗ ਕਰਨੀ ਸਰਕਾਰ ਦਾ ਜੇ ਤੌਰ ਤਰੀਕਾ ਜਿਹੜਾ ਇਸ ਤਰ੍ਹਾਂ ਦਾ ਲਟਕਾਉਣ ਵਾਲਾ ਜਿਹੜਾ ਜਿਹੜੀ ਗੱਲ ਨੂੰ ਕਿਸੇ ਕਿਨਾਰੇ ਲਾਉਣ ਵਾਲਾ ਨਹੀਂ ਬਣਦਾ ਇਹ ਗੈਰ ਜ਼ਿੰਮੇਵਾਰਨਾ ਜ਼ਿੰਮੇਵਾਰ ਕਾਰਵਾਈ ਹੈ ਇਸ ਕਰਕੇ ਸਰਕਾਰ ਸੋਚ ਕੇ ਜਥੇਬੰਦੀਆਂ ਉੱਥੇ ਹੀ ਖੜੀਆਂ ਨੇ ਕਿ ਕਾਨੂੰਨ ਸਾਰੇ ਰੱਦ ਕਰੋ ਐਮ ਐਸ ਪੀ ਦਾ ਕਾਨੂੰਨ ਬਣਾਓ ਅਤੇ ਘਰਾਂ ਨੂੰ ਭੇਜੋ ਸਾਡੇ 70 ਦੇ ਲਗਭਗ ਕਿਸਾਨ ਸ਼ਹੀਦ ਹੋ ਚੁੱਕੇ ਨੇ ਮੋਰਚੇ ਦੇ ਵਿੱਚ ਠੰਡ 'ਚ ਬੱਚੇ ਬੁੜੀਆਂ ਸਾਰੇ ਠੰਡ 'ਚ ਮਰਦੇ ਨੇ ਮੈਂ ਜੋਗਿੰਦਰ ਸਿੰਘ ਰਾਣਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਏਕਤਾ ਗ੍ਰਾਮ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਖੇਤੀਬਾੜੀ ਮੰਤਰੀ ਨਾਲ ਉਹ ਜਿੱਥੋਂ ਤੁਰਨੀ ਸੀ ਐਮ ਐਸ ਪੀ ਅਤੇ ਕਾਨੂੰਨ ਵਾਪਸੀ ਦੀ ਗੱਲ ਕਰਨੀ ਸੀ ਅੱਜ ਪਰ ਸਰਕਾਰ ਜਦੋਂ ਤੋਂ ਗੱਲਬਾਤ ਚੱਲੀ ਹੈ ਸਾਡੀ ਅੱਜ 7ਵਾਂ ਰਾਉਂਡ ਹੈ ਉੱਥੇ ਹੀ ਖੜੀ ਹੈ ਜਿੱਥੋਂ ਗੱਲ ਤੁਰੀ ਸੀ ਚਰਚਾ ਕਰ ਲਓ ਜੀ ਕਾਨੂੰਨਾਂ 'ਚ ਕੀ ਖਰਾਬੀ ਹੈ ਉਹ ਵਾਪਸ ਕਰ ਦਿੰਦੇ ਹਾਂ ਜਿਹੜਾ ਉਹਦੇ 'ਚ ਖਰਾਬ ਹੈ ਉਹ ਕੱਢ ਦਿੰਦੇ ਹਾਂ ਕਾਨੂੰਨ ਬਹੁਤ ਅੱਛੇ ਨੇ ਦੇਸ਼ ਦੇ ਲੋਕ ਕਾਨੂੰਨਾਂ ਨੂੰ ਬਹੁਤ ਅੱਛਾ ਮੰਨਦੇ ਨੇ ਅਸੀਂ ਪਤਾ ਨਹੀਂ ਬੰਗਲਾਦੇਸ਼ ਦੇ ਹਾਂ ਪਤਾ ਨਹੀਂ ਅਸੀਂ ਪਾਕਿਸਤਾਨ ਦੇ ਹਾਂ ਸਾਨੂੰ ਕਿਸਾਨ ਨਹੀਂ ਸਮਝ ਰਹੇ ਕਮਾਲ ਹੈ ਖੇਤੀਬਾੜੀ ਮੰਤਰੀ ਦਾ ਇਹ ਬੋਲਣਾ ਕਿ ਦੇਸ਼ ਦੇ ਕਿਸਾਨ ਤਾਂ ਇਹਨੂੰ ਬਹੁਤ ਅੱਛਾ ਚਾਹੁੰਦੇ ਨੇ ਪਰ ਜਿਹੜੇ ਸੜਕਾਂ 'ਤੇ ਬੈਠੇ ਨੇ ਉਹ ਕੌਣ ਨੇ ਜਾਨੀ ਖੇਤੀਬਾੜੀ ਮੰਤਰੀ ਉੱਥੇ ਹੀ ਖੜ੍ਹੇ ਆ ਉਹਨਾਂ ਨੂੰ ਜਿੰਨਾ ਕੁ ਕਹਿ ਕੇ ਭੇਜਿਆ ਜਾਂਦਾ ਉਹ ਉੱਨੀ ਕੁ ਗੱਲ ਹੀ ਕਰਦੇ ਆ ਅਤੇ ਉਹਦੇ ਵਿੱਚ ਉਹਨਾਂ ਦੇ ਮੇਰੇ ਖਿਆਲ 'ਚ ਉਹਨਾਂ ਦੇ ਇਖਤਿਆਰ ਖੇਤਰ ਦੇ ਵਿੱਚ ਇਹ ਗੱਲ ਹੈ ਨਹੀਂ ਕਿਉਂਕਿ ਮੋਦੀ ਸਾਹਿਬ ਕੋਲ ਪੂਰੀਆਂ ਤਾਕਤ ਪਾਵਰਾਂ ਨੇ ਉਹ ਫੈਸਲਾ ਕਰਨ ਦੀ ਪਾਵਰ ਖੇਤੀਬਾੜੀ ਮੰਤਰੀ ਸਾਹਿਬ ਨੂੰ ਦਿੱਤੀ ਨਹੀਂ ਹੋਣੀ ਸ਼ਾਇਦ ਉਹਨਾਂ ਨੇ ਇਸੇ ਕਰਕੇ ਉਹ ਫੈਸਲਾ ਕਰਨ ਵਾਲੀ ਹਾਲਤ 'ਚ ਹੋਣ ਇਹ ਨਹੀਂ ਇਸ ਕਰਕੇ ਇਹਨਾਂ ਹਾਲਤਾਂ ਦੇ ਵਿੱਚ ਮੀਟਿੰਗ ਕਰਨੀ ਸਰਕਾਰ ਦਾ ਜੇ ਤੌਰ ਤਰੀਕਾ ਜਿਹੜਾ ਇਸ ਤਰ੍ਹਾਂ ਦਾ ਲਟਕਾਉਣ ਵਾਲਾ ਜਿਹੜਾ ਜਿਹੜੀ ਗੱਲ ਨੂੰ ਕਿਸੇ ਕਿਨਾਰੇ ਲਾਉਣ ਵਾਲਾ ਨਹੀਂ ਬਣਦਾ ਇਹ ਗੈਰ ਜ਼ਿੰਮੇਵਾਰਨਾ ਜ਼ਿੰਮੇਵਾਰ ਕਾਰਵਾਈ ਹੈ ਇਸ ਕਰਕੇ ਸਰਕਾਰ ਸੋਚ ਕੇ ਜਥੇਬੰਦੀਆਂ ਉੱਥੇ ਹੀ ਖੜੀਆਂ ਨੇ ਕਿ ਕਾਨੂੰਨ ਸਾਰੇ ਰੱਦ ਕਰੋ ਐਮ ਐਸ ਪੀ ਦਾ ਕਾਨੂੰਨ ਬਣਾਓ ਅਤੇ ਘਰਾਂ ਨੂੰ ਭੇਜੋ ਸਾਡੇ 70 ਦੇ ਲਗਭਗ ਕਿਸਾਨ ਸ਼ਹੀਦ ਹੋ ਚੁੱਕੇ ਨੇ ਮੋਰਚੇ ਦੇ ਵਿੱਚ ਠੰਡ 'ਚ ਬੱਚੇ ਬੁੜੀਆਂ ਸਾਰੇ ਠੰਡ 'ਚ ਮਰਦੇ ਨੇ ਮੈਂ ਜੋਗਿੰਦਰ ਸਿੰਘ ਰਾਣਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਏਕਤਾ ਗ੍ਰਾਮ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਖੇਤੀਬਾੜੀ ਮੰਤਰੀ ਨਾਲ ਉਹ ਜਿੱਥੋਂ ਤੁਰਨੀ ਸੀ ਐਮ ਐਸ ਪੀ ਅਤੇ ਕਾਨੂੰਨ ਵਾਪਸੀ ਦੀ ਗੱਲ ਕਰਨੀ ਸੀ ਅੱਜ ਪਰ ਸਰਕਾਰ ਜਦੋਂ ਤੋਂ ਗੱਲਬਾਤ ਚੱਲੀ ਹੈ ਸਾਡੀ ਅੱਜ 7ਵਾਂ ਰਾਉਂਡ ਹੈ ਉੱਥੇ ਹੀ ਖੜੀ ਹੈ ਜਿੱਥੋਂ ਗੱਲ ਤੁਰੀ ਸੀ ਚਰਚਾ ਕਰ ਲਓ ਜੀ ਕਾਨੂੰਨਾਂ 'ਚ ਕੀ ਖਰਾਬੀ ਹੈ ਉਹ ਵਾਪਸ ਕਰ ਦਿੰਦੇ ਹਾਂ ਜਿਹੜਾ ਉਹਦੇ 'ਚ ਖਰਾਬ ਹੈ ਉਹ ਕੱਢ ਦਿੰਦੇ ਹਾਂ ਕਾਨੂੰਨ ਬਹੁਤ ਅੱਛੇ ਨੇ ਦੇਸ਼ ਦੇ ਲੋਕ ਕਾਨੂੰਨਾਂ ਨੂੰ ਬਹੁਤ ਅੱਛਾ ਮੰਨਦੇ ਨੇ ਅਸੀਂ ਪਤਾ ਨਹੀਂ ਬੰਗਲਾਦੇਸ਼ ਦੇ ਹਾਂ ਪਤਾ ਨਹੀਂ ਅਸੀਂ ਪਾਕਿਸਤਾਨ ਦੇ ਹਾਂ ਸਾਨੂੰ ਕਿਸਾਨ ਨਹੀਂ ਸਮਝ ਰਹੇ ਕਮਾਲ ਹੈ ਖੇਤੀਬਾੜੀ ਮੰਤਰੀ ਦਾ ਇਹ ਬੋਲਣਾ ਕਿ ਦੇਸ਼ ਦੇ ਕਿਸਾਨ ਤਾਂ ਇਹਨੂੰ ਬਹੁਤ ਅੱਛਾ ਚਾਹੁੰਦੇ ਨੇ ਪਰ ਜਿਹੜੇ ਸੜਕਾਂ 'ਤੇ ਬੈਠੇ ਨੇ ਉਹ ਕੌਣ ਨੇ
ਜਿਹਨੇ ਖੇਤੀਬਾੜੀ ਮੰਤਰੀ ਉੱਥੇ ਖੜੇ ਆ ਉਹਨਾਂ ਨੂੰ ਜਿੰਨਾ ਕੁ ਕਹਿ ਕੇ ਭੇਜਿਆ ਜਾਂਦਾ ਹੈ ਉਹ ਉੰਨੀ ਕੁ ਗੱਲ ਹੀ ਕਰਦੇ ਆ ਅਤੇ ਉਹਦੇ ਵਿੱਚ ਉਹਨਾਂ ਦੀ ਮੇਰੇ ਖਿਆਲ 'ਚ ਉਹਨਾਂ ਦੇ ਅਖਤਿਆਰ ਖੇਤਰ ਦੇ ਵਿੱਚ ਇਹ ਗੱਲ ਹੈ ਨਹੀਂ ਕਿਉਂਕਿ ਮੋਦੀ ਸਾਹਿਬ ਕੋਲ ਪੂਰੀਆਂ ਤਾਕਤ ਪਾਵਰਾਂ ਨੇ ਉਹ ਫੈਸਲਾ ਕਰਨ ਦੀ ਪਾਵਰ ਖੇਤੀਬਾੜੀ ਮੰਤਰੀ ਸਾਹਿਬ ਨੂੰ ਦਿੱਤੀ ਨਹੀਂ ਹੋਣੀ ਸ਼ਾਇਦ ਉਹਨਾਂ ਨੇ ਇਸੇ ਕਰਕੇ ਉਹ ਫੈਸਲਾ ਕਰਨ ਵਾਲੀ ਹਾਲਤ 'ਚ ਹੋਣ ਇਹ ਨਹੀਂ ਇਸ ਕਰਕੇ ਇਹਨਾਂ ਹਾਲਤਾਂ ਦੇ ਵਿੱਚ ਮੀਟਿੰਗ ਕਰਨੀ ਸਰਕਾਰ ਦਾ ਜੇ ਤੌਰ ਤਰੀਕਾ ਜਿਹੜਾ ਇਸ ਤਰ੍ਹਾਂ ਦਾ ਲਟਕਾਉਣ ਵਾਲਾ ਜਿਹੜਾ ਜਿਹੜੀ ਗੱਲ ਨੂੰ ਕਿਸੇ ਕਿਨਾਰੇ ਲਾਉਣ ਵਾਲਾ ਨਹੀਂ ਬਣਦਾ ਇਹ ਗੈਰ ਜ਼ਿੰਮੇਵਾਰਨਾ ਜ਼ਿੰਮੇਵਾਰ ਕਾਰਵਾਈ ਹੈ ਇਸ ਕਰਕੇ ਸਰਕਾਰ ਸੋਚ ਕੇ ਜਥੇਬੰਦੀਆਂ ਉੱਥੇ ਹੀ ਖੜੀਆਂ ਨੇ ਕਿ ਕਾਨੂੰਨ ਸਾਰੇ ਰੱਦ ਕਰੋ MSP ਦਾ ਕਾਨੂੰਨ ਬਣਾਓ ਅਤੇ ਘਰਾਂ ਨੂੰ ਭੇਜੋ ਸਾਡੇ 70 ਦੇ ਲਗਭਗ ਕਿਸਾਨ ਸ਼ਹੀਦ ਹੋ ਚੁੱਕੇ ਨੇ ਮੋਰਚੇ ਦੇ ਵਿੱਚ ਠੰਡ 'ਚ ਬੱਚੇ ਬੁੜੀਆਂ ਸਾਰੇ ਠੰਡ 'ਚ ਮਰਦੇ ਨੇ ਮੈਂ ਜੋਗਿੰਦਰ ਸਿੰਘ ਰਾਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਏਕਤਾ ਰਾਹਾਂ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਖੇਤੀਬਾੜੀ ਮੰਤਰੀ ਨਾਲ ਉਹ ਜਿੱਥੋਂ ਤੁਰਨੀ ਸੀ MSP 'ਤੇ ਕਾਨੂੰਨ ਵਾਪਸੀ ਦੀ ਗੱਲ ਕਰਨੀ ਸੀ ਅੱਜ ਪਰ ਸਰਕਾਰ ਜਦੋਂ ਤੋਂ ਗੱਲਬਾਤ ਚੱਲੀ ਹੈ ਸਾਡੀ ਅੱਜ 7ਵਾਂ ਰਾਉਂਡ ਹੈ ਉੱਥੇ ਹੀ ਖੜੀ ਹੈ ਜਿੱਥੋਂ ਗੱਲ ਤੁਰੀ ਸੀ ਚਰਚਾ ਕਰ ਲਓ ਜੀ ਕਾਨੂੰਨਾਂ 'ਚ ਕੀ ਖਰਾਬੀ ਹੈ ਉਹ ਵਾਪਸ ਕਰ ਦਿੰਦੇ ਹਾਂ ਜਿਹੜਾ ਉਹਦੇ 'ਚ ਖਰਾਬ ਹੈ ਉਹ ਕੱਢ ਦਿੰਦੇ ਹਾਂ ਕਾਨੂੰਨ ਬਹੁਤ ਅੱਛੇ ਨੇ ਦੇਸ਼ ਦੇ ਲੋਕ ਕਾਨੂੰਨਾਂ ਨੂੰ ਬਹੁਤ ਅੱਛਾ ਮੰਨਦੇ ਨੇ ਅਸੀਂ ਪਤਾ ਨਹੀਂ ਬੰਗਲਾਦੇਸ਼ ਦੇ ਹਾਂ ਪਤਾ ਨਹੀਂ ਅਸੀਂ ਪਾਕਿਸਤਾਨ ਦੇ ਹਾਂ ਸਾਨੂੰ ਕਿਸਾਨ ਨਹੀਂ ਸਮਝ ਰਹੇ ਕਮਾਲ ਹੈ ਖੇਤੀਬਾੜੀ ਮੰਤਰੀ ਦਾ ਇਹ ਬੋਲਣਾ ਕਿ ਦੇਸ਼ ਦੇ ਕਿਸਾਨ ਤਾਂ ਇਹਨੂੰ ਬਹੁਤ ਅੱਛਾ ਚਾਹੁੰਦੇ ਨੇ ਪਰ ਜਿਹੜੇ ਸੜਕਾਂ 'ਤੇ ਬੈਠੇ ਨੇ ਉਹ ਕੌਣ ਨੇ ਜਿਹਨੇ ਖੇਤੀਬਾੜੀ ਮੰਤਰੀ ਉੱਥੇ ਹੀ ਖੜੇ ਆ ਉਹਨਾਂ ਨੂੰ ਜਿੰਨਾ ਕੁ ਕਹਿ ਕੇ ਭੇਜਿਆ ਜਾਂਦਾ ਉਹ ਉੰਨੀ ਕੁ ਗੱਲ ਹੀ ਕਰਦੇ ਆ ਅਤੇ ਉਹਦੇ ਵਿੱਚ ਉਹਨਾਂ ਦੀ ਮੇਰੇ ਖਿਆਲ 'ਚ ਉਹਨਾਂ ਦੇ ਅਖਤਿਆਰ ਖੇਤਰ ਦੇ ਵਿੱਚ ਇਹ ਗੱਲ ਹੈ ਨਹੀਂ ਕਿਉਂਕਿ ਮੋਦੀ ਸਾਹਿਬ ਕੋਲ ਪੂਰੀਆਂ ਤਾਕਤ ਪਾਵਰਾਂ ਨੇ ਉਹ ਫੈਸਲਾ ਕਰਨ ਦੀ ਪਾਵਰ ਖੇਤੀਬਾੜੀ ਮੰਤਰੀ ਸਾਹਿਬ ਨੂੰ ਦਿੱਤੀ ਨਹੀਂ ਹੋਣੀ ਸ਼ਾਇਦ ਉਹਨਾਂ ਨੇ ਇਸੇ ਕਰਕੇ ਉਹ ਫੈਸਲਾ ਕਰਨ ਵਾਲੀ ਹਾਲਤ 'ਚ ਹੋਣ ਇਹ ਨਹੀਂ ਇਸ ਕਰਕੇ ਇਹਨਾਂ ਹਾਲਤਾਂ ਦੇ ਵਿੱਚ ਮੀਟਿੰਗ ਕਰਨੀ ਸਰਕਾਰ ਦਾ ਜੇ ਤੌਰ ਤਰੀਕਾ ਜਿਹੜਾ ਇਸ ਤਰ੍ਹਾਂ ਦਾ ਲਟਕਾਉਣ ਵਾਲਾ ਜਿਹੜਾ ਜਿਹੜੀ ਗੱਲ ਨੂੰ ਕਿਸੇ ਕਿਨਾਰੇ ਲਾਉਣ ਵਾਲਾ ਨਹੀਂ ਬਣਦਾ ਇਹ ਗੈਰ ਜ਼ਿੰਮੇਵਾਰਨਾ ਜ਼ਿੰਮੇਵਾਰ ਕਾਰਵਾਈ ਹੈ ਇਸ ਕਰਕੇ ਸਰਕਾਰ ਸੋਚ ਕੇ ਜਥੇਬੰਦੀਆਂ ਉੱਥੇ ਹੀ ਖੜੀਆਂ ਨੇ ਕਿ ਕਾਨੂੰਨ ਸਾਰੇ ਰੱਦ ਕਰੋ MSP ਦਾ ਕਾਨੂੰਨ ਬਣਾਓ ਅਤੇ ਘਰਾਂ ਨੂੰ ਭੇਜੋ ਸਾਡੇ 70 ਦੇ ਲਗਭਗ ਕਿਸਾਨ ਸ਼ਹੀਦ ਹੋ ਚੁੱਕੇ ਨੇ ਮੋਰਚੇ ਦੇ ਵਿੱਚ ਠੰਡ 'ਚ ਬੱਚੇ ਬੁੜੀਆਂ ਸਾਰੇ ਠੰਡ 'ਚ ਮਰਦੇ ਨੇ ਮੈਂ ਜੋਗਿੰਦਰ ਸਿੰਘ ਰਾਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਏਕਤਾ ਰਾਹਾਂ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਖੇਤੀਬਾੜੀ ਮੰਤਰੀ ਨਾਲ ਉਹ ਜਿੱਥੋਂ ਤੁਰਨੀ ਸੀ MSP 'ਤੇ ਕਾਨੂੰਨ ਵਾਪਸੀ ਦੀ ਗੱਲ ਕਰਨੀ ਸੀ ਅੱਜ ਪਰ ਸਰਕਾਰ ਜਦੋਂ ਤੋਂ ਗੱਲਬਾਤ ਚੱਲੀ ਹੈ ਸਾਡੀ ਅੱਜ 7ਵਾਂ ਰਾਉਂਡ ਹੈ ਉੱਥੇ ਹੀ ਖੜੀ ਹੈ ਜਿੱਥੋਂ ਗੱਲ ਤੁਰੀ ਸੀ ਚਰਚਾ ਕਰ ਲਓ ਜੀ ਕਾਨੂੰਨਾਂ 'ਚ ਕੀ ਖਰਾਬੀ ਹੈ ਉਹ ਵਾਪਸ ਕਰ ਦਿੰਦੇ ਹਾਂ ਜਿਹੜਾ ਉਹਦੇ 'ਚ ਖਰਾਬ ਹੈ ਉਹ ਕੱਢ ਦਿੰਦੇ ਹਾਂ ਕਾਨੂੰਨ ਬਹੁਤ ਅੱਛੇ ਨੇ ਦੇਸ਼ ਦੇ ਲੋਕ ਕਾਨੂੰਨਾਂ ਨੂੰ ਬਹੁਤ ਅੱਛਾ ਮੰਨਦੇ ਨੇ ਅਸੀਂ ਪਤਾ ਨਹੀਂ ਬੰਗਲਾਦੇਸ਼ ਦੇ ਹਾਂ ਪਤਾ ਨਹੀਂ ਅਸੀਂ ਪਾਕਿਸਤਾਨ ਦੇ ਹਾਂ ਸਾਨੂੰ ਕਿਸਾਨ ਨਹੀਂ ਸਮਝ ਰਹੇ ਕਮਾਲ ਹੈ ਖੇਤੀਬਾੜੀ ਮੰਤਰੀ ਦਾ ਇਹ ਬੋਲਣਾ ਕਿ ਦੇਸ਼ ਦੇ ਕਿਸਾਨ ਤਾਂ ਇਹਨੂੰ ਬਹੁਤ ਅੱਛਾ ਚਾਹੁੰਦੇ ਨੇ ਪਰ ਜਿਹੜੇ ਸੜਕਾਂ 'ਤੇ ਬੈਠੇ ਨੇ ਉਹ ਕੌਣ ਨੇ ਜਿਹਨੇ ਖੇਤੀਬਾੜੀ ਮੰਤਰੀ ਉੱਥੇ ਹੀ ਖੜੇ ਆ ਉਹਨਾਂ ਨੂੰ ਜਿੰਨਾ ਕੁ ਕਹਿ ਕੇ ਭੇਜਿਆ ਜਾਂਦਾ ਉਹ ਉੰਨੀ ਕੁ ਗੱਲ ਹੀ ਕਰਦੇ ਆ ਅਤੇ ਉਹਦੇ ਵਿੱਚ ਉਹਨਾਂ ਦੀ ਮੇਰੇ ਖਿਆਲ 'ਚ ਉਹਨਾਂ ਦੇ ਅਖਤਿਆਰ ਖੇਤਰ ਦੇ ਵਿੱਚ ਇਹ ਗੱਲ ਹੈ ਨਹੀਂ ਕਿਉਂਕਿ ਮੋਦੀ ਸਾਹਿਬ ਕੋਲ ਪੂਰੀਆਂ ਤਾਕਤ ਪਾਵਰਾਂ ਨੇ ਉਹ ਫੈਸਲਾ ਕਰਨ ਦੀ ਪਾਵਰ ਖੇਤੀਬਾੜੀ ਮੰਤਰੀ ਸਾਹਿਬ ਨੂੰ ਦਿੱਤੀ ਨਹੀਂ ਹੋਣੀ ਸ਼ਾਇਦ ਉਹਨਾਂ ਨੇ ਇਸੇ ਕਰਕੇ ਉਹ ਫੈਸਲਾ ਕਰਨ ਵਾਲੀ ਹਾਲਤ 'ਚ ਹੋਣ ਇਹ ਨਹੀਂ ਇਸ ਕਰਕੇ ਇਹਨਾਂ ਹਾਲਤਾਂ ਦੇ ਵਿੱਚ ਮੀਟਿੰਗ ਕਰਨੀ ਸਰਕਾਰ ਦਾ ਜੇ ਤੌਰ ਤਰੀਕਾ ਜਿਹੜਾ ਇਸ ਤਰ੍ਹਾਂ ਦਾ ਲਟਕਾਉਣ ਵਾਲਾ ਜਿਹੜਾ ਜਿਹੜੀ ਗੱਲ ਨੂੰ ਕਿਸੇ ਕਿਨਾਰੇ ਲਾਉਣ ਵਾਲਾ ਨਹੀਂ ਬਣਦਾ ਇਹ ਗੈਰ ਜ਼ਿੰਮੇਵਾਰਨਾ ਜ਼ਿੰਮੇਵਾਰ ਕਾਰਵਾਈ ਹੈ ਇਸ ਕਰਕੇ ਸਰਕਾਰ ਸੋਚ ਕੇ ਜਥੇਬੰਦੀਆਂ ਉੱਥੇ ਹੀ ਖੜੀਆਂ ਨੇ ਕਿ ਕਾਨੂੰਨ ਸਾਰੇ ਰੱਦ ਕਰੋ MSP ਦਾ ਕਾਨੂੰਨ ਬਣਾਓ ਅਤੇ ਘਰਾਂ ਨੂੰ ਭੇਜੋ ਸਾਡੇ 70 ਦੇ ਲਗਭਗ ਕਿਸਾਨ ਸ਼ਹੀਦ ਹੋ ਚੁੱਕੇ ਨੇ ਮੋਰਚੇ ਦੇ ਵਿੱਚ ਠੰਡ 'ਚ ਬੱਚੇ ਬੁੜੀਆਂ ਸਾਰੇ ਠੰਡ 'ਚ ਮਰਦੇ ਨੇ ਮੈਂ ਜੋਗਿੰਦਰ ਸਿੰਘ ਰਾਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਏਕਤਾ ਰਾਹਾਂ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਖੇਤੀਬਾੜੀ ਮੰਤਰੀ ਨਾਲ ਉਹ ਜਿੱਥੋਂ ਤੁਰਨੀ ਸੀ MSP 'ਤੇ ਕਾਨੂੰਨ ਵਾਪਸੀ ਦੀ ਗੱਲ ਕਰਨੀ ਸੀ ਅੱਜ ਪਰ ਸਰਕਾਰ ਜਦੋਂ ਤੋਂ ਗੱਲਬਾਤ ਚੱਲੀ ਹੈ ਸਾਡੀ ਅੱਜ 7ਵਾਂ ਰਾਉਂਡ ਹੈ ਉੱਥੇ ਹੀ ਖੜੀ ਹੈ
ਜਿੱਥੋਂ ਗੱਲ ਤੁਰੀ ਸੀ। ਚਰਚਾ ਕਰ ਲਓ ਜੀ ਕਾਨੂੰਨਾਂ 'ਚ ਕੀ ਖਰਾਬੀ ਹੈ, ਉਹ ਵਾਪਸ ਕਰ ਦਿੰਦੇ ਹਾਂ, ਜਿਹੜਾ ਉਹਦੇ 'ਚ ਖਰਾਬ ਹੈ ਉਹ ਕੱਢ ਦਿੰਦੇ ਹਾਂ। ਕਾਨੂੰਨ ਬਹੁਤ ਅੱਛੇ ਨੇ, ਦੇਸ਼ ਦੇ ਲੋਕ ਕਾਨੂੰਨਾਂ ਨੂੰ ਬਹੁਤ ਅੱਛਾ ਮੰਨਦੇ ਨੇ। ਅਸੀਂ ਪਤਾ ਨਹੀਂ ਬੰਗਲਾਦੇਸ਼ ਦੇ ਹਾਂ, ਪਤਾ ਨਹੀਂ ਅਸੀਂ ਪਾਕਿਸਤਾਨ ਦੇ ਹਾਂ, ਸਾਨੂੰ ਕਿਸਾਨ ਨਹੀਂ ਸਮਝ ਰਹੇ। ਕਮਾਲ ਹੈ ਖੇਤੀਬਾੜੀ ਮੰਤਰੀ ਦਾ ਇਹ ਬੋਲਣਾ ਕਿ ਦੇਸ਼ ਦੇ ਕਿਸਾਨ ਤਾਂ ਇਹਨੂੰ ਬਹੁਤ ਅੱਛਾ ਚਾਹੁੰਦੇ ਨੇ, ਪਰ ਜਿਹੜੇ ਸੜਕਾਂ 'ਤੇ ਬੈਠੇ ਨੇ ਉਹ ਕੌਣ ਨੇ? ਯਾਨੀ ਖੇਤੀਬਾੜੀ ਮੰਤਰੀ ਉੱਥੇ ਖੜ੍ਹੇ ਆ, ਉਹਨਾਂ ਨੂੰ ਜਿੰਨਾ ਕੁ ਕਹਿ ਕੇ ਭੇਜਿਆ ਜਾਂਦਾ ਹੈ ਉਹ ਉੰਨੀ ਕੁ ਗੱਲ ਹੀ ਕਰਦੇ ਆ, ਅਤੇ ਉਹਦੇ ਵਿੱਚ ਉਹਨਾਂ ਦੇ ਮੇਰੇ ਖਿਆਲ 'ਚ ਉਹਨਾਂ ਦੇ ਅਖਤਿਆਰ ਖੇਤਰ ਦੇ ਵਿੱਚ ਇਹ ਗੱਲ ਹੈ ਨਹੀਂ, ਕਿਉਂਕਿ ਮੋਦੀ ਸਾਹਿਬ ਕੋਲ ਪੂਰੀਆਂ ਤਾਕਤ ਪਾਵਰਾਂ ਨੇ, ਉਹ ਫੈਸਲਾ ਕਰਨ ਦੀ ਪਾਵਰ ਖੇਤੀਬਾੜੀ ਮੰਤਰੀ ਸਾਹਿਬ ਨੂੰ ਦਿੱਤੀ ਨਹੀਂ ਹੋਣੀ ਸ਼ਾਇਦ ਉਹਨਾਂ ਨੇ, ਇਸੇ ਕਰਕੇ ਉਹ ਫੈਸਲਾ ਕਰਨ ਵਾਲੀ ਹਾਲਤ 'ਚ ਹੋਣ, ਇਹ ਨਹੀਂ। ਇਸ ਕਰਕੇ ਇਹਨਾਂ ਹਾਲਤਾਂ ਦੇ ਵਿੱਚ ਮੀਟਿੰਗ ਕਰਨੀ ਸਰਕਾਰ ਦਾ ਜੇ ਤੌਰ ਤਰੀਕਾ ਜਿਹੜਾ ਇਸ ਤਰ੍ਹਾਂ ਦਾ ਲਟਕਾਉਣ ਵਾਲਾ, ਜਿਹੜਾ ਯਾਨੀ ਗੱਲ ਨੂੰ ਕਿਸੇ ਕਿਨਾਰੇ ਲਾਉਣ ਵਾਲਾ ਨਹੀਂ ਬਣਦਾ, ਇਹ ਗੈਰ ਜ਼ਿੰਮੇਵਾਰ ਕਾਰਵਾਈ ਹੈ। ਇਸ ਕਰਕੇ ਸਰਕਾਰ ਸੋਚ ਕੇ ਜਥੇਬੰਦੀਆਂ ਉੱਥੇ ਖੜੀਆਂ ਨੇ ਕਿ ਕਾਨੂੰਨ ਸਾਰੇ ਰੱਦ ਕਰੋ, MSP ਦਾ ਕਾਨੂੰਨ ਬਣਾਓ ਅਤੇ ਘਰਾਂ ਨੂੰ ਭੇਜੋ। 70 ਦੇ ਲਗਭਗ ਕਿਸਾਨ ਸ਼ਹੀਦ ਹੋ ਚੁੱਕੇ ਨੇ ਮੋਰਚੇ ਦੇ ਵਿੱਚ, ਠੰਡ 'ਚ ਬੱਚੇ ਬੁੜੀਆਂ ਸਾਰੇ ਠੰਡ 'ਚ ਮਰਦੇ ਨੇ। ਮੈਂ ਜੋਗਿੰਦਰ ਸਿੰਘ ਰਾਹਾਂ, ਸੂਬਾ ਪ੍ਰਧਾਨ ਭਾਰਤੀ ਕਿਸਾਨ ਏਕਤਾ ਗ੍ਰਾਮ। ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਖੇਤੀਬਾੜੀ ਮੰਤਰੀ ਨਾਲ, ਉਹ ਜਿੱਥੋਂ ਤੁਰਨੀ ਸੀ MSP 'ਤੇ ਕਾਨੂੰਨ ਵਾਪਸੀ ਦੀ ਗੱਲ ਕਰਨੀ ਸੀ ਅੱਜ, ਪਰ ਸਰਕਾਰ ਜਦੋਂ ਤੋਂ ਗੱਲਬਾਤ ਚੱਲੀ ਹੈ ਸਾਡੀ, ਅੱਜ 7ਵਾਂ ਰਾਉਂਡ ਹੈ, ਉੱਥੇ ਹੀ ਖੜੀ ਹੈ ਜਿੱਥੋਂ ਗੱਲ ਤੁਰੀ ਸੀ। ਚਰਚਾ ਕਰ ਲਓ ਜੀ ਕਾਨੂੰਨਾਂ 'ਚ ਕੀ ਖਰਾਬੀ ਹੈ, ਉਹ ਵਾਪਸ ਕਰ ਦਿੰਦੇ ਹਾਂ, ਜਿਹੜਾ ਉਹਦੇ 'ਚ ਖਰਾਬ ਹੈ ਉਹ ਕੱਢ ਦਿੰਦੇ ਹਾਂ। ਕਾਨੂੰਨ ਬਹੁਤ ਅੱਛੇ ਨੇ, ਦੇਸ਼ ਦੇ ਲੋਕ ਕਾਨੂੰਨਾਂ ਨੂੰ ਬਹੁਤ ਅੱਛਾ ਮੰਨਦੇ ਨੇ। ਅਸੀਂ ਪਤਾ ਨਹੀਂ ਬੰਗਲਾਦੇਸ਼ ਦੇ ਹਾਂ, ਪਤਾ ਨਹੀਂ ਅਸੀਂ ਪਾਕਿਸਤਾਨ ਦੇ ਹਾਂ, ਸਾਨੂੰ ਕਿਸਾਨ ਨਹੀਂ ਸਮਝ ਰਹੇ। ਕਮਾਲ ਹੈ ਖੇਤੀਬਾੜੀ ਮੰਤਰੀ ਦਾ ਇਹ ਬੋਲਣਾ ਕਿ ਦੇਸ਼ ਦੇ ਕਿਸਾਨ ਤਾਂ ਇਹਨੂੰ ਬਹੁਤ ਅੱਛਾ ਚਾਹੁੰਦੇ ਨੇ, ਪਰ ਜਿਹੜੇ ਸੜਕਾਂ 'ਤੇ ਬੈਠੇ ਨੇ ਉਹ ਕੌਣ ਨੇ? ਯਾਨੀ ਖੇਤੀਬਾੜੀ ਮੰਤਰੀ ਉੱਥੇ ਖੜ੍ਹੇ ਆ, ਉਹਨਾਂ ਨੂੰ ਜਿੰਨਾ ਕੁ ਕਹਿ ਕੇ ਭੇਜਿਆ ਜਾਂਦਾ ਹੈ ਉਹ ਉੰਨੀ ਕੁ ਗੱਲ ਹੀ ਕਰਦੇ ਆ, ਅਤੇ ਉਹਦੇ ਵਿੱਚ ਉਹਨਾਂ ਦੇ ਮੇਰੇ ਖਿਆਲ 'ਚ ਉਹਨਾਂ ਦੇ ਅਖਤਿਆਰ ਖੇਤਰ ਦੇ ਵਿੱਚ ਇਹ ਗੱਲ ਹੈ ਨਹੀਂ, ਕਿਉਂਕਿ ਮੋਦੀ ਸਾਹਿਬ ਕੋਲ ਪੂਰੀਆਂ ਤਾਕਤ ਪਾਵਰਾਂ ਨੇ, ਉਹ ਫੈਸਲਾ ਕਰਨ ਦੀ ਪਾਵਰ ਖੇਤੀਬਾੜੀ ਮੰਤਰੀ ਸਾਹਿਬ ਨੂੰ ਦਿੱਤੀ ਨਹੀਂ ਹੋਣੀ ਸ਼ਾਇਦ ਉਹਨਾਂ ਨੇ, ਇਸੇ ਕਰਕੇ ਉਹ ਫੈਸਲਾ ਕਰਨ ਵਾਲੀ ਹਾਲਤ 'ਚ ਹੋਣ, ਇਹ ਨਹੀਂ। ਇਸ ਕਰਕੇ ਇਹਨਾਂ ਹਾਲਤਾਂ ਦੇ ਵਿੱਚ ਮੀਟਿੰਗ ਕਰਨੀ ਸਰਕਾਰ ਦਾ ਜੇ ਤੌਰ ਤਰੀਕਾ ਜਿਹੜਾ ਇਸ ਤਰ੍ਹਾਂ ਦਾ ਲਟਕਾਉਣ ਵਾਲਾ, ਜਿਹੜਾ ਯਾਨੀ ਗੱਲ ਨੂੰ ਕਿਸੇ ਕਿਨਾਰੇ ਲਾਉਣ ਵਾਲਾ ਨਹੀਂ ਬਣਦਾ, ਇਹ ਗੈਰ ਜ਼ਿੰਮੇਵਾਰ ਕਾਰਵਾਈ ਹੈ। ਇਸ ਕਰਕੇ ਸਰਕਾਰ ਸੋਚ ਕੇ ਜਥੇਬੰਦੀਆਂ ਉੱਥੇ ਖੜੀਆਂ ਨੇ ਕਿ ਕਾਨੂੰਨ ਸਾਰੇ ਰੱਦ ਕਰੋ, MSP ਦਾ ਕਾਨੂੰਨ ਬਣਾਓ ਅਤੇ ਘਰਾਂ ਨੂੰ ਭੇਜੋ। 70 ਦੇ ਲਗਭਗ ਕਿਸਾਨ ਸ਼ਹੀਦ ਹੋ ਚੁੱਕੇ ਨੇ ਮੋਰਚੇ ਦੇ ਵਿੱਚ, ਠੰਡ 'ਚ ਬੱਚੇ ਬੁੜੀਆਂ ਸਾਰੇ ਠੰਡ 'ਚ ਮਰਦੇ ਨੇ। ਮੈਂ ਜੋਗਿੰਦਰ ਸਿੰਘ ਰਾਹਾਂ, ਸੂਬਾ ਪ੍ਰਧਾਨ ਭਾਰਤੀ ਕਿਸਾਨ ਏਕਤਾ ਗ੍ਰਾਮ। ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਖੇਤੀਬਾੜੀ ਮੰਤਰੀ ਨਾਲ, ਉਹ ਜਿੱਥੋਂ ਤੁਰਨੀ ਸੀ MSP 'ਤੇ ਕਾਨੂੰਨ ਵਾਪਸੀ ਦੀ ਗੱਲ ਕਰਨੀ ਸੀ ਅੱਜ, ਪਰ ਸਰਕਾਰ ਜਦੋਂ ਤੋਂ ਗੱਲਬਾਤ ਚੱਲੀ ਹੈ ਸਾਡੀ, ਅੱਜ 7ਵਾਂ ਰਾਉਂਡ ਹੈ, ਉੱਥੇ ਹੀ ਖੜੀ ਹੈ ਜਿੱਥੋਂ ਗੱਲ ਤੁਰੀ ਸੀ। ਚਰਚਾ ਕਰ ਲਓ ਜੀ ਕਾਨੂੰਨਾਂ 'ਚ ਕੀ ਖਰਾਬੀ ਹੈ, ਉਹ ਵਾਪਸ ਕਰ ਦਿੰਦੇ ਹਾਂ, ਜਿਹੜਾ ਉਹਦੇ 'ਚ ਖਰਾਬ ਹੈ ਉਹ ਕੱਢ ਦਿੰਦੇ ਹਾਂ। ਕਾਨੂੰਨ ਬਹੁਤ ਅੱਛੇ ਨੇ, ਦੇਸ਼ ਦੇ ਲੋਕ ਕਾਨੂੰਨਾਂ ਨੂੰ ਬਹੁਤ ਅੱਛਾ ਮੰਨਦੇ ਨੇ। ਅਸੀਂ ਪਤਾ ਨਹੀਂ ਬੰਗਲਾਦੇਸ਼ ਦੇ ਹਾਂ, ਪਤਾ ਨਹੀਂ ਅਸੀਂ ਪਾਕਿਸਤਾਨ ਦੇ ਹਾਂ, ਸਾਨੂੰ ਕਿਸਾਨ ਨਹੀਂ ਸਮਝ ਰਹੇ। ਕਮਾਲ ਹੈ ਖੇਤੀਬਾੜੀ ਮੰਤਰੀ ਦਾ ਇਹ ਬੋਲਣਾ ਕਿ ਦੇਸ਼ ਦੇ ਕਿਸਾਨ ਤਾਂ ਇਹਨੂੰ ਬਹੁਤ ਅੱਛਾ ਚਾਹੁੰਦੇ ਨੇ, ਪਰ ਜਿਹੜੇ ਸੜਕਾਂ 'ਤੇ ਬੈਠੇ ਨੇ ਉਹ ਕੌਣ ਨੇ? ਯਾਨੀ ਖੇਤੀਬਾੜੀ ਮੰਤਰੀ ਉੱਥੇ ਖੜ੍ਹੇ ਆ, ਉਹਨਾਂ ਨੂੰ ਜਿੰਨਾ ਕੁ ਕਹਿ ਕੇ ਭੇਜਿਆ ਜਾਂਦਾ ਹੈ ਉਹ ਉੰਨੀ ਕੁ ਗੱਲ ਹੀ ਕਰਦੇ ਆ, ਅਤੇ ਉਹਦੇ ਵਿੱਚ ਉਹਨਾਂ ਦੇ ਮੇਰੇ ਖਿਆਲ 'ਚ ਉਹਨਾਂ ਦੇ ਅਖਤਿਆਰ ਖੇਤਰ ਦੇ ਵਿੱਚ ਇਹ ਗੱਲ ਹੈ ਨਹੀਂ, ਕਿਉਂਕਿ ਮੋਦੀ ਸਾਹਿਬ ਕੋਲ ਪੂਰੀਆਂ ਤਾਕਤ ਪਾਵਰਾਂ ਨੇ, ਉਹ ਫੈਸਲਾ ਕਰਨ ਦੀ ਪਾਵਰ ਖੇਤੀਬਾੜੀ ਮੰਤਰੀ ਸਾਹਿਬ ਨੂੰ ਦਿੱਤੀ ਨਹੀਂ ਹੋਣੀ ਸ਼ਾਇਦ ਉਹਨਾਂ ਨੇ, ਇਸੇ ਕਰਕੇ ਉਹ ਫੈਸਲਾ ਕਰਨ ਵਾਲੀ ਹਾਲਤ 'ਚ ਹੋਣ, ਇਹ ਨਹੀਂ। ਇਸ ਕਰਕੇ ਇਹਨਾਂ ਹਾਲਤਾਂ ਦੇ ਵਿੱਚ ਮੀਟਿੰਗ ਕਰਨੀ ਸਰਕਾਰ ਦਾ ਜੇ ਤੌਰ ਤਰੀਕਾ ਜਿਹੜਾ ਇਸ ਤਰ੍ਹਾਂ ਦਾ ਲਟਕਾਉਣ ਵਾਲਾ, ਜਿਹੜਾ ਯਾਨੀ ਗੱਲ ਨੂੰ ਕਿਸੇ ਕਿਨਾਰੇ ਲਾਉਣ ਵਾਲਾ ਨਹੀਂ ਬਣਦਾ, ਇਹ ਗੈਰ ਜ਼ਿੰਮੇਵਾਰ ਕਾਰਵਾਈ ਹੈ। ਇਸ ਕਰਕੇ ਸਰਕਾਰ ਸੋਚ ਕੇ ਜਥੇਬੰਦੀਆਂ ਉੱਥੇ ਖੜੀਆਂ ਨੇ ਕਿ ਕਾਨੂੰਨ ਸਾਰੇ ਰੱਦ ਕਰੋ, MSP ਦਾ ਕਾਨੂੰਨ ਬਣਾਓ ਅਤੇ ਘਰਾਂ ਨੂੰ ਭੇਜੋ। 70 ਦੇ ਲਗਭਗ ਕਿਸਾਨ ਸ਼ਹੀਦ ਹੋ ਚੁੱਕੇ ਨੇ ਮੋਰਚੇ ਦੇ ਵਿੱਚ,
ਠੰਡ 'ਚ ਬੱਚੇ ਬੁੱਢੀਆਂ ਸਾਰੇ ਠੰਡ 'ਚ ਮਰਦੇ ਨੇ।